ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰਣਜੀਤ ਸਿੰਘ ਜੀ, ਹਾਂਜੀ ਭਾਅ ਜੀ, ਕੀ ਹੋਇਆ ਸੀ? ਵੀ ਆ ਜੀ, ਸਾਡਾ ਬ੍ਰਦਰ ਅੱਜ 7 ਵਜੇ ਤੋਂ ਕਰੀਬ ਆਇਆ ਸੀ ਟਿਊਸ਼ਨ ਪੜ੍ਹਨ ਵਾਸਤੇ। ਅੱਛਾ ਜੀ। ਹਾਂਜੀ, ਉਸ ਤੋਂ ਬਾਅਦ ਨਾਮ ਰਣਜੀਤ ਸਿੰਘ, ਠੀਕ ਹੈ ਜੀ। ਹਾਂਜੀ ਭਾਅ ਜੀ, ਕੀ ਹੋਇਆ ਸੀ? ਵੀ ਅਸੀਂ, ਮੇਰਾ ਬ੍ਰਦਰ 7 ਵਜੇ ਟਿਊਸ਼ਨ 'ਤੇ ਗਿਆ ਸੀ ਅਤੇ ਉਸ ਤੋਂ ਬਾਅਦ ਵਾਪਸ ਨਹੀਂ ਆਇਆ, ਠੀਕ ਹੈ ਜੀ। ਉਹ ਬੈਟ ਬੋਲ ਖੇਡਣ ਤਕਰੀਬਨ ਜਾਂਦਾ ਆਪਣੇ ਘਰ ਤੋਂ, ਆਪਣੇ ਚਾਚੇ ਜੀ ਦੇ ਘਰ, ਉਹਨਾਂ ਦਾ ਛੋਟਾ ਬੇਟਾ ਵੀ ਜਾਂਦਾ ਨਾਲ। ਅਤੇ ਸਾਨੂੰ ਤਕਰੀਬਨ 8 ਵਜੇ ਦੇ ਕਰੀਬ ਸਾਨੂੰ ਪਤਾ ਲੱਗਾ, ਸਾਡੇ ਘਰ ਆਏ ਉਹਨਾਂ ਦੇ ਪਿਤਾ ਜੀ, ਵੀ ਸਾਰਾ ਤੁਹਾਡਾ ਬਗਰ ਬਰਦਰ ਵੀ ਯਾਨੀ ਕਿ ਮਿਸ ਗਿਆ, ਵੀ ਤੁਸੀਂ ਲੱਭੋ ਉਹਨਾਂ ਨੂੰ। ਅਸੀਂ ਸਾਰੇ ਭਰਾ ਯਾਨੀ ਕਿ ਨਾਲ ਮੁਹੱਲੇ ਦੇ ਮੁੰਡੇ ਵੀ 15-16 ਮੋਟਰਸਾਈਕਲ ਸੀ, ਅਤੇ ਅਸੀਂ ਉਹਨਾਂ ਲੱਭਣਾ ਵਾਸਤੇ ਚੱਲ ਗਏ ਹਾਂ। ਸਾਰੇ ਪਿੰਡ ਆਪਾਂ ਲੱਭੇ ਆ, 4 ਪਿੰਡ ਲੱਭੇ, ਵੀਰਕਾ, ਮੁਦਰ, ਜਹਾਂਗੀਰ, ਸੋਈਆਂ, ਠੀਕ ਹੈ ਜੀ। ਬਾਅਦ 'ਚ ਲੱਭ ਕੇ ਸਾਰੇ ਪਿੰਡ ਤੋਂ 11:30-12 ਵਜੇ ਦੇ ਕਰੀਬ ਅਸੀਂ ਨਹਿਰ ਦੇ ਕੰਢੇ ਗਏ, ਭੋਟੀਆਂ ਨਹਿਰ ਠੋਕਰ, ਉੱਥੇ ਗਏ ਸੀ। ਉੱਥੇ ਆਪਾਂ ਟਾਰਚ ਜਗਾ ਕੇ ਦੇਖਿਆ ਅਤੇ ਉੱਥੇ ਸਾਡੇ ਬ੍ਰਦਰ ਦੀ ਲਾਸ਼ ਕਰਦੀ ਪਈ ਸੀ, ਗਲੇ 'ਚ ਰੱਸੀ ਬੰਨੀ ਹੋਈ, ਗਲੇ 'ਚ ਰੱਸੀ ਬੰਨੀ ਹੋਈ ਸੀ, ਗੰਢ ਵੱਜੀ ਹੋਈ ਸੀ। ਅਤੇ ਆਹ ਮੇਰੇ ਛੋਟੇ ਬ੍ਰਦਰ ਆ ਜੀ, ਅਸੀਂ ਸਾਰੇ ਸੁਨਸਾਨ ਜਗ੍ਹਾ ਦੇਖ ਰਹੇ ਸੀ ਪਹਿਲਾਂ ਹੀ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਅਫਵਾਹ ਉੱਡ ਰਹੀਆਂ ਵਾ ਵੀ ਯਾਨੀ ਸਾਡੇ ਬੱਚਿਆਂ ਨੂੰ ਚੁੱਕ ਜਾਂਦੇ ਆ, ਠੀਕ ਹੈ ਜੀ। ਅਸੀਂ ਅਤੇ ਉਹ ਸੁਨਸਾਨ ਰਸਤਾ ਭਾਅ ਜੀ, ਸ਼ਾਇਦ ਉਹ ਗੱਡੀ ਲੱਗੀ ਭਾਅ ਜੀ, ਸਾਹਮਣੇ ਗੱਡੀ ਲੱਗੀ, ਪਿੱਛੇ ਭਾਅ ਜੀ ਮਰੂਤੀ ਵੈਨ ਲੱਗੀ, ਮਰੂਤੀ ਵੈਨ ਲੱਗੀ ਭਾਅ ਜੀ, ਉਹ ਗੱਡੀ ਲੱਗੀ ਹੈ, ਠੀਕ ਹੈ ਜੀ। ਪੁਲਿਸ ਵੱਲੋਂ ਛਾਣਬਿੰਦ ਕਰ ਰਹੇ ਹਾਂ, ਬਿਲਕੁਲ ਸਬੂਤ ਮਿਲ ਗਏ, ਬੱਚੇ ਦਾ ਬੈਠ ਆ ਤੇ ਬੱਚੇ ਦਾ ਪਰਨਾ ਗੱਡੀ ਦੇ ਵਿੱਚ ਮਿਲਿਆ ਸਰ, ਹਾਂਜੀ, ਮਿੱਟੀ ਦੇ ਟਾਇਰਾਂ ਦੇ ਨਿਸ਼ਾਨ ਨਾਲ। ਇੱਕ ਮਿੰਟ ਮੈਂ ਵੀਰ ਜੀ, ਮਾਸਟਰ ਬਲਜੀਤ ਸਿੰਘ, ਮੈਂ ਇੱਧਰ ਰਹਿੰਦਾ ਫਾਲ ਆਨੰਦ ਵਿਹਾਰ ਕਲੋਨੀ ਵਿੱਚ ਰਹਿੰਦਾ, ਅਤੇ ਮੈਂ ਇਹ ਬੱਚਾ ਅਕਸਰ ਖੇਡਣ ਜਾਂਦਾ ਸੀ ਸ਼ਾਮ ਨੂੰ। ਬੱਚੇ ਦਾ ਨਾਮ ਪ੍ਰਭ ਕੀਰਤ ਸਿੰਘ, 16 ਸਾਲ ਉਮਰ ਆ, +1 ਕਮਰਸ ਵਿੱਚ ਦਾਖਲ ਕਰਾਇਆ ਉਹਨੂੰ, ਡੀ ਏ ਵੀ ਇੰਟਰਨੈਸ਼ਨਲ ਸਕੂਲ ਬਾਈਪਾਸ ਦੇ ਉੱਤੇ। ਸ਼ਾਮ ਨੂੰ ਉਹ ਖੇਡਣ ਜਾਂਦਾ ਸੀ, ਅੱਜ ਖੇਡ ਕੇ ਆਇਆ ਅਤੇ ਇੱਧਰ ਇਹਦੇ ਦਾਦੇ ਦਾ ਘਰ ਆ, ਸਾਂਝਾ ਘਰ ਏਜੰਸੀ ਵਾਲੀ ਗਲੀ 'ਚ, ਉੱਥੋਂ ਆਇਆ ਅਤੇ ਇੱਥੋਂ ਹੀ ਕਦੇ ਕਿਡਨੈਪ ਹੋ ਗਿਆ, ਅਤੇ ਉੱਥੇ ਨਹਿਰ ਦੇ ਵਿੱਚ ਜਾ ਕੇ ਉਹਦੇ ਪਰਨੇ ਨਾਲ ਉਹਦਾ ਗਲ ਘੁੱਟ ਕੇ ਸਾਰੇ ਤਰ੍ਹਾਂ। ਮੈਂ 7:30 ਵਜੇ ਆਇਆ ਅੰਮ੍ਰਿਤਸਰ ਤੋਂ, ਜਦੋਂ 8:30 ਵਜੇ ਤੱਕ ਵੀ ਬੱਚਾ ਘਰ ਨਹੀਂ ਆਇਆ, ਅਸੀਂ ਇੱਕ ਦੂਜੇ ਨੂੰ ਫੋਨ ਲਾਏ ਅਤੇ ਉਹਦੇ ਇੱਥੋਂ ਚਲੇ ਗਿਆ 7:30 ਦਾ। 8:19 ਦੇ ਇੱਥੋਂ ਘਰੋਂ ਨਿਕਲਿਆ, 8:40 ਦੇ ਉਹਦਾ ਮੋਬਾਈਲ ਟਰੇਸ ਹੋਇਆ, ਐਕਟਿਵਾ ਜਿਹੜੀ ਆ ਉਹ ਵੀ ਗਈ, ਮੋਬਾਈਲ ਵੀ ਉਹਦੇ ਕੋਲ ਸੀਗਾ, ਉਹ ਵੀ ਲਿਆ, ਅਤੇ ਨਾਲ ਉਹਦੇ ਹੀ ਪਰਦੇ ਨਾਲ ਜਿਹੜਾ ਉਹਦਾ ਗਲ ਘੁੱਟ ਕੇ ਮਾਰ ਦਿੱਤਾ, ਨਹਿਰ ਵਿੱਚ ਸੁੱਟ ਦਿੱਤਾ, ਨਹਿਰ ਵਗਣ ਡਈ ਸੀ ਅਤੇ ਇੱਕ ਦੇ ਰੱਬ ਸੋਬੀ ਕਿਤੇ ਅੜਿਆ ਰਿਹਾ, ਸਾਡੇ ਬੰਦੇ ਗਏ ਉੱਥੋਂ ਲੱਭ ਕੇ ਲਿਆਏ, ਠੀਕ ਉੱਥੋਂ ਨਾ। ਫਿਰ ਸਾਨੂੰ ਪਤਾ ਲੱਗਾ, ਫਿਰ ਸਾਨੂੰ ਫੋਨ ਆਇਆ ਇੱਥੇ ਐਕਸਕੋਰਟ ਹੋਸਪਿਟਲ ਆ ਜਾਓ, ਥੋੜ੍ਹੀ ਜਿਹੀ ਸੱਟ ਲੱਗੀ, ਤੁਸੀਂ ਆ ਜਾਓ। ਅਸੀਂ ਗਏ ਅਤੇ ਫਿਰ ਵੇਖਿਆ ਅਤੇ ਜਾਂਦਿਆਂ ਬੱਚਾ ਡੈਡ ਸੀਗਾ, ਸਭ ਤੋਂ ਛੋਟਾ। ਪੁਲਿਸ ਵਾਲਿਆਂ ਕੋਲ ਗਏ, ਪੁਲਿਸ ਵਾਲਿਆਂ ਬੜੀ ਸਾਡੀ ਹੈਲਪ ਕੀਤੀ, ਆਪਾਂ ਇੱਥੋਂ ਵਰਿਆਮ ਨੰਗਲ ਤੱਕ ਵੀ ਗਏ, ਉੱਥੇ ਹਰ ਚੀਜ਼ ਫੋਲੀ, ਪਰ ਰਸਤੇ ਵਿੱਚ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਫੋਨ ਆ ਗਿਆ ਕਿ ਇੱਧਰ ਆ ਜਾਓ ਤੁਸੀਂ, ਫਿਰ ਆਪਾਂ ਉੱਧਰ ਗਏ ਤਾਂ ਉੱਥੇ ਜਾਂਦੇ ਉਹ ਸੀ ਵਸਨੋ ਮੋਰ, ਹਾਂ ਇੱਥੋਂ ਹੁਣੇ 2 ਮਿੰਟ ਹੋਏ ਨੇ, ਉਹ ਗੱਡੀ ਵੀ ਅਰੈਸਟਿਡ ਹੋ ਗਈ ਹੈ, ਉਹਦੇ ਵਿੱਚ ਬੱਚੇ ਦਾ ਬੈਟ ਸਿਰ 'ਤੇ ਬੰਨਣ ਵਾਲਾ, ਉਹਦਾ ਜਿਹੜਾ ਚਾਰਤਨੀਆਂ ਵਾਲਾ ਪਰਨਾ ਬਲੂ ਕਲਰ ਦਾ, ਉਹ ਵੀ ਹੋ ਗਿਆ, ਆਹ ਰੁਮਾਲ ਪਿਆ ਸੀ ਜਿਹੜਾ ਤੁਸੀਂ ਦੇਖਿਆ ਇਹ ਵੀ ਹੋਇਆ, ਅਤੇ ਬਾਕੀ ਸਾਡੇ ਨਾਲ ਬਹੁਤ ਮਾੜਾ ਹੈ, ਉਹਦੇ ਹੀ ਪਰਨੇ ਜਿਹੜਾ ਗੱਡੀ ਲੋਕਲ ਹੀ ਆ ਇੱਥੋਂ ਗੁਆਂਢੀਆਂ ਦੀ, ਬਿੱਟੇ ਦੀ ਗੱਡੀ ਆ ਉਹ, ਅਤੇ ਨਸ਼ਾ ਤਸਕਰੀ ਦਾ ਕੰਮ ਕਰਦੇ ਆ ਤਕਰੀਬਨ ਅੱਜ ਤੋੜੀ ਬਹੁਤ ਸਾਰੇ। ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ, ਉਹਦੇ ਲੜਕੇ ਨੇ ਨਵੀਂ ਗੱਡੀ ਸਿੱਖੀ ਸੀਗੀ, ਉਹ ਉਹਨੇ ਹੀ ਰੌਲਾ ਪਾਇਆ ਬਿੱਟੇ ਨੇ ਕਿ ਬਾਅਦ 'ਚ ਮੇਰੀ ਗੱਡੀ ਚੋਰੀ ਹੋ ਗਈ ਆ, ਕੋਈ ਪੁਰਾਣੀ
ਇੱਕ ਕੋਈ ਬਿੱਲੋ ਹੈਗੀ ਆ ਤਸਕਰ ਆ ਉਹਦਾ ਮੁੰਡਾ ਸੀ ਕਿਹਦਾ ਮੁੰਡਾ ਸੀਗਾ ਇਹਦਾ ਮੁੰਡਾ ਦੀਪਕ ਸੀ ਇਹ ਇਹਨਾਂ ਚਿਰ ਪੁਰਾਣੀ ਡੁਪਲੀਕੇਟ ਚਾਬੀ ਲੈ ਕੇ ਕਰਕੇ ਅਤੇ ਘੰਟੇ 'ਚ ਹੀ ਕਾਰਾ ਕਰਕੇ ਅਤੇ ਕਾਰ ਇੱਥੇ ਲਾ ਤੀ ਹੁਣ ਆਪਾਂ ਕਾਰ ਵੀ ਅਰੈਸਟ ਕਰ ਲਈ ਆ ਕਾਰ ਵੀ ਹੋ ਗਈ ਆ ਨਹੀਂ ਅਜੇ ਤੱਕ ਨਹੀਂ ਅਜੇ ਤਾਂ ਸਿਰਫ ਬਿਆਨ ਹੋਏ ਨੇ ਅਤੇ ਅਜੇ ਸਿਰਫ ਬਾਕੀ ਅਸੀਂ ਚਾਹੁੰਦੇ ਕਿ ਸਾਨੂੰ ਜਿਹੜਾ ਨਾ ਸਹੀ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਜਿਸ ਤਰ੍ਹਾਂ ਗਰੋਹ ਚੱਲਿਆ ਬੱਚੇ ਖੜਨ ਦਾ ਕਿਡਨੀਆਂ ਕੱਢਣ ਦਾ ਪਰ ਇਹ ਉਹ ਜਿਹਾ ਵਿੱਚ ਗੱਲ ਨਹੀਂ ਸੀ ਇਹ ਸਿਰਫ ਨਸ਼ਾ ਤਸਕਰ ਦੀ ਗੱਲ ਸੀਗੀ ਇਹ ਪੁਰਾਣੀ ਕਿਸੇ ਨੇ ਕਿਹੜ ਕੱਢੀ ਪਰ ਸਾਡੇ ਉੱਥੇ ਕਿਸੇ ਬੱਚਾ ਇੰਨਾ ਬੀਬਾ ਸੀ ਇਹ ਅੱਜ ਸਾਨੂੰ ਇੱਕ ਇੱਥੋਂ ਵੇਰਕੇ ਦੇ ਰਿਹਾਇਸ਼ੀ ਹੈਗੇ ਨੇ ਜੀ ਇਹ ਲੜਕੇ ਦਾ ਨਾਮ ਹੈਗਾ ਜੀ ਪ੍ਰਭਕੀਰਤ ਸਿੰਘ ਸਨ ਆਫ ਬਲਜੀਤ ਸਿੰਘ 16 ਸਾਲ ਦਾ ਲੜਕਾ ਸਾਨੂੰ ਪਤਾ ਲੱਗਿਆ ਸੀਗਾ ਵੀ ਹੁਣੇ ਹੀ ਥੋੜ੍ਹੀ ਦੇਰ ਪਹਿਲਾਂ ਹੀ ਸਾਨੂੰ ਇਸ ਗੱਲ ਬਾਰੇ ਪਤਾ ਲੱਗਿਆ ਸੀ ਕਿ ਇੱਦਾਂ ਕਰਕੇ ਇੱਕ ਡੈੱਡ ਬੋਡੀ ਉੱਥੇ ਮਿਲੀ ਹੈਗੀ ਆ ਅਸੀਂ ਮੌਕੇ 'ਤੇ ਇਮੀਡੀਏਟਲੀ ਪਹੁੰਚੇ ਅਤੇ ਮੀਨਵਾਈਲ ਉਹ ਜਿਹੜੀ ਡੈੱਡ ਬੋਡੀ ਹੈਗੀ ਆ ਉਹਦੇ ਪਰਿਵਾਰ ਵਾਲੇ ਐਸਕੋਟ ਜਿਹੜਾ ਹੋਸਪਿਟਲ ਇੱਥੇ ਲੈ ਆਏ ਸੀ ਅਸੀਂ ਉੱਥੇ ਪਹੁੰਚੇ ਅਤੇ ਡੈੱਡ ਬੋਡੀ ਦੇਖੀ ਜਿੱਥੋਂ ਉਹ ਡੈੱਡ ਬੋਡੀ ਲੈ ਕੇ ਆਏ ਹਾਂ ਚੁੱਕ ਕੇ ਲੱਭਦੇ ਲਵਾਉਂਦੇ ਉੱਥੇ ਮੌਕੇ 'ਤੇ ਜਾ ਕੇ ਦੇਖੀ ਗਈ ਗੱਲ ਅਤੇ ਜੋ ਵੀ ਹੈਗਾ ਸਾਡਾ ਕਾਨੂੰਨ ਦੇ ਅਨੁਸਾਰ ਜਿਹੜੀ ਕਾਰਵਾਈ ਕਰਨੀ ਬਣਦੀ ਅਸੀਂ ਅਮਲ 'ਚ ਲਿਆ ਰਹੇ ਹਾਂ ਇਹ ਬਿਆਨ ਪ੍ਰਭਕੀਰਤ ਸਿੰਘ ਹੈਗਾ ਜਿਵੇਂ ਮੈਂ ਹੁਣੇ ਦੱਸਿਆ ਵੇਰਕਾ ਦਾ ਹੀ ਰਹਿਣ ਵਾਲਾ ਜੀ ਅਤੇ 16 ਸਾਲ ਦਾ ਹੈਗਾ 11ਵੀਂ ਕਲਾਸ 'ਚ ਪੜ੍ਹਦਾ ਸੀ ਅਤੇ ਉਹਦੇ ਫੈਮਿਲੀ ਬਿਆਨ ਲਿਖਾ ਰਹੀ ਹੈ ਜੀ ਅਸੀਂ ਕਾਰਵਾਈ ਅਮਲ 'ਚ ਲਿਆ ਰਹੇ ਹਾਂ ਜੋ ਹਾਲੇ ਤੱਕ ਦੇਖਣ 'ਚ ਆਇਆ ਹੈਗਾ ਇਹਦੀ ਜਿਹੜੀ ਡੈਥ ਹੈ ਸ਼ੱਕੀ ਲੱਗ ਰਹੀ ਹੈ ਅਤੇ ਉਹਦੇ ਵਿੱਚ ਅਸੀਂ FIR ਰਜਿਸਟਰ ਕਰ ਰਹੇ ਹਾਂ ਹਾਲੇ ਤੱਕ ਇਹਦੇ ਬਾਰੇ ਸਾਨੂੰ ਕੋਈ ਕਲੀਅਰ ਨਹੀਂ ਹੋਇਆ ਹਾਲੇ ਬਹੁਤ ਹੀ ਇਨੀਸ਼ੀਅਲ ਸਟੇਜ ਹੈ ਹਾਲੇ ਤਾਂ ਉਹ ਸਟੇਟਮੈਂਟ ਲਿਖਾ ਰਹੇ ਹਾਂ ਆਪਣੇ ਪਰਿਵਾਰ ਵਾਲੇ ਸੋ ਜਿਵੇਂ ਵੀ ਸਟੇਟਮੈਂਟ ਲਿਖਾਵਾਂਗੇ ਉਹਦੇ ਅਕੋਰਡਿੰਗਲੀ ਅਸੀਂ ਆਪਣੀ ਇਨਵੈਸਟੀਗੇਸ਼ਨ ਅੱਗੇ ਅਮਲ 'ਚ ਪਲੀਜ਼ ਸਬਸਕ੍ਰਾਈਬ ਅਵਰ ਚੈਨਲ ਫੋਰ ਮੋਰ ਅਪਡੇਟਸ ਯੂ ਕੈਨ ਫੋਲੋ ਅਸ ਟਵਿੱਟਰ ਐਂਡ ਫੇਸਬੁੱਕ